ਤੁਹਾਡਾ ਮੈਨੇਜਰ ਆ ਉਹ ਤੁਹਾਨੂੰ ਆਪ ਕਹਿੰਦਾ ਕਿ ਤੁਸੀਂ ਸਪੀਕਰ ਤੇ ਚੜ ਕੇ ਗਾਇਆ ਕਰੋ, ਸਾਨੂੰ ਫੁਟੇਜ ਜ਼ਿਆਦਾ ਮਿਲਦੀ। ਮੈਂ ਤਾਂ ਖੰਭਿਆਂ ਤੇ ਚੜ ਕੇ ਵੀ ਗਾਉਣਾ, ਮੈਂ ਤਾਂ ਟੈਂਟ ਵਾਲੀ ਪਾਈਪ ਨਾਲ ਵੀ ਲਾਉਂ ਕੇ ਨਾ ਗਏ। ਹਾਂਜੀ, ਵੈਸੇ ਤੁਸੀਂ ਜ਼ਿਆਦਾ ਵੀਡੀਓ ਕਿਉਂ ਨਹੀਂ ਕਰਦੇ, ਫੀਮੇਲ ਮਾਡਲ ਤੋਂ ਸ਼ਰਮਾਉਂਦੇ ਹੋ ਜਾਂ ਪੈਸੇ ਬਚਾਉਂਦੇ ਹੋ? ਹਾਂਜੀ, ਕਦੀ ਕਿਸੇ ਬੀਬੀ ਨੇ ਤੁਹਾਨੂੰ ਕਿਹਾ ਨਹੀਂ ਕਮਰ ਮੇਰੇ ਸਿਰ ਤੇ ਹੱਥ ਰੱਖ ਦੇ, ਮੈਨੂੰ ਮੇਰੇ ਝੋਲੇ ਚ ਫਲ ਪਾ ਦੇ? ਮੇਰੇ ਚੇਤੇ ਆ ਜਦੋਂ ਮੈਂ ਪਤਾ ਨਵਾਂ ਨਵਾਂ ਗਾਉਣ ਲੱਗਾ ਸੀ, ਸ਼ੁਰੂ ਹੋ ਗਈ, ਕਹਿੰਦੇ ਜੀ ਮੇਰਾ ਤਾਂ ਘਰ ਵਾਲਾ ਸ਼ਰਾਬ ਬਹੁਤ ਪੀਂਦਾ, ਕੋਈ ਕਿਰਪਾ ਕਰੋ ਤੁਸੀਂ। ਤਾਂ ਮੈਂ ਉਹਨੂੰ ਦੱਸ ਕੇ ਮੈਂ ਭੈਣੇ ਮੈਂ ਪੀਜੀਆਈ ਚੋਂ ਛੱਡੀ ਸੀ। ਭਾਜੀ ਪਹਿਲੇ ਤਾਂ ਕੰਗਰੈਚੁਲੇਸ਼ਨ। ਕਾਹਦੇ ਲਈ? ਤੁਸੀਂ ਦੁਨੀਆ ਦਾ ਪਹਿਲਾ ਲਿਫਟ ਸ਼ੋਅ ਕਰਨ ਜਾ ਰਹੇ ਹੋ। ਅੱਛਾ, ਇਹ ਪਹਿਲਾ ਹੀ ਹੈ? ਸ਼ਾਬਾਸ਼ ਹੋਇਆ ਹੁਣ ਤੁਹਾਡਾ ਕਿ ਮੈਂ ਕਰਨ ਜਾ ਰਿਹਾ ਪਹਿਲਾ। ਇਹਦਾ ਨਾਮ ਪਤਾ ਕੀ ਹੈ? ਹਾਂ, ਲਿਫਟ ਕਰਾ ਦੇ। ਇੱਕ ਵਾਰ ਤੁਸੀਂ ਕਹਿ ਦਿਓ ਪਾਪੀ ਲਿਫਟ ਕਰਾ ਦੇ, ਮੇਰਾ ਨਾਮ ਐਸੇ ਪਵਿੱਤਰ ਹੈ, ਇਹਨਾਂ ਨੇ ਨਾਲ ਪਾਪੀ ਲਾ। ਨਹੀਂ, ਮੈਂ ਪਵਿੱਤਰ ਹੀ ਕਹੂੰਗਾ, ਪਵਿੱਤਰ ਲਿਫਟ ਕਰਾ ਦੇ। ਇੱਕ ਨਾ ਸ਼ਾਇਰੀ ਆ ਗਈ ਮੈਨੂੰ, ਸੁਣਾ ਦਿਆਂ ਮੈਂ। ਹਾਂ, ਲਾਜ਼ੀ ਇਰਸ਼ਾਦ। ਤੁਸੀਂ ਸਟੇਜ ਤੇ ਇੰਨੀ ਸ਼ਾਇਰ ਸੁਣਾਉਂਦੇ ਹੋ ਇਰਸ਼ਾਦ। ਹਾਂ, ਕਹਿੰਦੇ ਪੀੜਾਂ ਵਿੱਚੋਂ ਪੀੜ ਅਨੋਖੀ, ਜਿਸ ਦਾ ਨਾਮ ਗਰੀਬੀ, ਔਖੇ ਵੇਲੇ ਸਾਥ ਛੱਡ ਜਾਂਦੇ ਰਿਸ਼ਤੇਦਾਰ ਕਰੀਬੀ, ਤੇ ਹਾਲਾਤ ਮਾੜੇ ਦੇਖ ਕੇ ਕਦੀ ਕਿਸੇ ਨੂੰ ਮਾੜਾ ਨਾ ਕਹੀਂ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ। ਵਾਹ, ਕੀ ਬਾਤ ਹੈ, ਤਾਂ ਬਿਲਕੁਲ ਨਵਾਂ ਸ਼ਹਿਰ ਸੀ, ਮੈਂ ਪਹਿਲਾਂ ਸੁਣਿਆ ਨਹੀਂ ਕਦੇ। ਅਜੇ ਕਿੱਦਾਂ ਲੱਗਾ ਤੁਹਾਨੂੰ? ਕਮਾਲ ਭਾਈ, ਇੱਕ ਤੁਹਾਡੇ ਵੱਲ ਆਉਣਾ ਚਾਹੀਦਾ, ਫਿਰ ਆਪਾਂ ਸ਼ੁਰੂ ਸ਼ੋਅ ਸ਼ੁਰੂ ਕਰਨਾ। ਅੱਛਾ, ਮੈਂ ਤੇਰੇ ਵਰਗਾ ਹੀ ਸੁਣਾਉਣਾ ਜਿਹੋ ਜਾਂ ਤੂੰ ਹੈ ਪਿਆ। ਉਹ ਕਹਿੰਦੇ ਹੁੰਦੇ ਨਾ ਵੀ ਪਤਨੀਆਂ ਕਿਤਨਾ ਵੀ ਕਾਜੂ ਬਦਾਮ ਖਾ ਲੈ, ਪਤਨੀਆਂ ਕਿਤਨਾ ਵੀ ਕਾਜੂ ਬਦਾਮ ਖਾ ਲੈ, ਪਿਸਤਾ ਆਦਮੀ ਹੈ। ਭਾਜੀ ਇਹ ਵਾਇਰਲ ਹੋਊਗਾ। ਕਮਲ ਭਾਜੀ ਤੁਹਾਡੇ ਮੂੰਹੋਂ ਇਹ ਤੇ ਤੁਸੀਂ ਸ਼ਾਇਰੀ ਕਰ ਦਿੱਤੀ ਨਾ ਭਾਜੀ, ਪਹਿਲੇ ਕਦੀ ਕਿਸੇ, ਤੁਸੀਂ ਬਾਹਰ ਵੀ ਜਾਂਦੇ ਹੋ, ਪਹਿਲੇ ਕਦੀ ਕਿਸੇ ਸੋਹਣੀ ਬੀਬਾ ਨਾਲ ਲਿਫਟ 'ਚ ਐਵੇਂ ਫਸੇ? ਨਹੀਂ, ਕਿਤੇ ਲਿਫਟ ਬਾਹਰਲੇ ਮੁਲਕਾਂ 'ਚ ਲਿਫਟਾਂ ਮੋਸਟਲੀ ਬਹੁਤ ਸਹੀ ਹੁੰਦੀਆਂ ਨੇ, ਨਾ ਤਾਂ ਲਾਈਟ ਜਾਂਦੀ ਹੈ ਤੇ ਨਾ ਹੀ ਉਹ ਸਟੱਕ ਹੁੰਦੀ ਹੈ। ਨਿਕਲਦੇ ਵੀ ਉਦੋਂ ਫਿਰ ਇੱਕ ਸਮਾਈਲ ਦੇ ਜਾਂਦੇ, ਬਾਕੀ ਇਨ ਬਿਟਵੀਨ ਉਹਨਾਂ ਦਾ ਕੋਈ ਮਤਲਬ ਨਹੀਂ। ਕਿਸੇ ਸ਼ੀਸ਼ਾ ਦੇਖੋ, ਤੁਹਾਨੂੰ ਪਤਾ ਕਿਹੜਾ ਸ਼ੀਸ਼ਾ, ਇਹਦੇ ਵਿੱਚ ਸ਼੍ਰੀ ਦੇਵੀ ਤਿਆਰ ਹੁੰਦੀ ਹੈ। ਮਾੜੀ ਮੋਟੀ ਲਿਫਟ ਨਾ ਸਮਝੋ, ਅਜੇ ਲਾਈਟ ਆ, ਇਹ ਟੈਨਿੰਗ ਸਾਡੀ ਦੂਰ ਕਰਦੀ। ਹਾਂਜੀ ਭਾਜੀ, ਮੈਨੂੰ ਨਾ ਇੱਕ ਸਵਾਲ ਆ ਤੁਹਾਡੇ, ਪਹਿਲੇ ਤੇ ਮੈਨੂੰ ਬਹੁਤ ਪਰਸਨਲੀ ਪਸੰਦ ਆ, ਜਾਗੇ ਰਹਿਣ ਜੋਗੀ। ਭਾਜੀ ਸਾਡੇ ਪਿੰਡ 3 ਜੋਗੀ ਆ, ਇੱਕ ਤਾਂ ਜਾਗਦਾ ਕਿਉਂਕਿ ਉਹਦੀ ATM ਦੇ ਬਾਹਰ ਡਿਊਟੀ ਲੱਗੀ, ਭਾਜੀ ਦੂਜੇ ਨਾਲ ਕੁੜੀ ਸੈੱਟ ਆ, ਠੀਕ ਆ ਭਾਜੀ, ਤੀਜਾ ਤਾਂ ਜਾਗਦਾ ਕਿਉਂਕਿ ਪਿੰਡ ਪਹਿਰਾ ਦਿੰਦਾ, ਪਰ ਤੁਹਾਡੇ ਵਾਲਾ ਜਿਹੜਾ ਜੋਗੀ ਇਹ ਕਿਉਂ ਜਾਗਦਾ ਵਾ, ਕਿਉਂ ਜਾਗਦਾ ਰਹੇ ਭਾਜੀ? ਦੇਖ, ਮੈਨੂੰ ਤਾਂ ਪਹਿਲਾਂ ਤੇਰੇ ਵਾਲੇ ਜੋਗੀਆਂ ਤੋਂ ਹਾਸਾ ਆ ਰਿਹਾ ਵੀ, ਜਾਂ ਤਾਂ ਉਹਨਾਂ ਨੂੰ ਕਹੋ ਵੀ ਆਪਦੇ ਕੰਮ ਬਦਲੋ, ਕੰਮ ਬਦਲੋ ਤੇ ਜਾਂ ਨਾ ਬਦਲੋ। ਦੇਖ, ਇਧਰਲੇ ਪਾਸੇ ਵਾਲੇ ਜੋਗੀ ਦਾ ਕੰਮ ਤਾਂ ਸੁਰਤ ਜਾਗਦੀ ਰੱਖਣਾ, ਜਿਹੜਾ ਤੁਸੀਂ ਕਿਹਾ। ਹਾਂ, ਸਰੀਰ ਦਾ ਸੌ ਜਾਣਾ ਜਾਂ ਸਰੀਰ ਦਾ ਜਾਗਣਾ, ਠੀਕ ਹੈ, ਤਾਂ ਥਕਾਵਟ ਤੇ ਜਿੰਨਾ ਕੁ ਹਾਰਡ ਵਰਕ ਕੋਈ ਕਰਦਾ ਓਨਾ ਕੁ ਸੌ ਲੈਂਦਾ, ਫਿਰ ਉਹ ਦੁਬਾਰੇ ਚਾਰ ਚੱਪ ਹੋ ਜਾਂਦਾ ਕੰਮ। ਪਰ ਜਿਹੜਾ ਜੋਗੀ ਦਾ ਜਾਂ ਕਿਸੇ ਸਾਧੂ ਦੀ ਜਦੋਂ ਆਪਾਂ ਡੈਫੀਨੇਸ਼ਨ ਦਿੰਦੇ ਹਾਂ ਜਾਗਣ, ਤਾਂ ਉਹ ਸੁਰਤ ਜਾਗਣ ਦੀ ਗੱਲ, ਹਮੇਸ਼ਾ ਜਿਵੇਂ ਕਹਿੰਦੇ ਨਾ ਕਿ ਜਿੱਧਰ ਵੀ ਜਾਈਏ ਨਾਲ ਨਾਲ ਰੱਖੀਏ, ਆਪਣੇ ਖਿਆਲਾਂ ਦਾ ਖਿਆਲ ਰੱਖੀਏ। ਭਾਜੀ ਵੈਸੇ ਤੁਸੀਂ ਜ਼ਿਆਦਾ ਵੀਡੀਓ ਕਿਉਂ ਨਹੀਂ ਕਰਦੇ, ਫੀਮੇਲ ਮਾਡਲ ਤੋਂ ਸ਼ਰਮਾਉਂਦੇ ਹੋ ਜਾਂ ਪੈਸੇ ਬਚਾਉਂਦੇ ਹੋ? ਨਹੀਂ, ਇੱਦਾਂ ਦਾ ਕੋਈ ਮਸਲਾ ਨਹੀਂ, ਪਹਿਲਾਂ ਮੈਨੂੰ ਕੋਈ ਰਿਲੀਜ਼ ਕਰਕੇ ਨਹੀਂ ਰਾਜ਼ੀ ਸੀ, ਅਤੇ ਬਾਕੀ ਇਹ ਸੀ ਕਿ 10 ਸਾਲ ਮੈਂ ਆਪਦੇ ਖਾੜਿਆਂ ਖੁੜਿਆਂ 'ਚ ਰੁੱਝਿਆ ਰਿਹਾ, ਇੱਕਾ ਦੁੱਕਾ ਗਾਣੇ ਵਿੱਚ ਆਉਂਦੇ ਰਹੇ, ਅਤੇ ਪਰ ਆਹ ਹੁਣ ਜਦੋਂ ਆਹ ਐਲਬਮ ਸੀ, ਸੋ ਇਹਦੇ 'ਤੇ ਅਸੀਂ ਕਾਫੀ ਮਿਹਨਤ ਕੀਤੀ, 2-2.5 ਸਾਲ ਲਾਏ ਆ। ਭਾਜੀ ਵੈਸੇ ਤੁਹਾਡੀ ਜਰਨੀ ਨਾ ਲੋਕਾਂ ਸਾਰਿਆਂ ਨੂੰ ਪਤਾ, ਤੁਸੀਂ ਬਹੁਤ ਇੰਟਰਵਿਊ ਕਰ ਚੁੱਕੇ ਹੋ, ਫਿਰ ਵੀ ਤੁਹਾਡੇ ਸਮਕਾਲੀ ਸਿੰਗਰ ਕਿਹੜੇ ਸੀ ਜਿਹੜੇ ਤੁਹਾਡੇ ਨਾਲ ਵੇਖਿਆ ਨਾ ਪੜ੍ਹੇ ਵੀ ਤੇ ਜਿਹੜੇ ਤੁਹਾਡੇ ਨਾਲ ਹੀ ਸ਼ੁਰੂ ਹੋਏ ਜਾਂ ਤੁਸੀਂ ਲੇਟ ਹਿੱਟ ਹੋਏ, ਕੌਣ ਸੀਗੇ ਭਾਜੀ? ਕੁਲਵਿੰਦਰ। ਅੱਛਾ, ਕੁਲਵਿੰਦਰ ਬਿੱਲਾ ਜੀ। ਕੁਲਵਿੰਦਰ ਮੇਰਾ ਬੇਲੀ ਵੀ ਹੈ, ਅਤੇ ਮੇਰੇ 1 ਸਾਲ ਜੂਨੀਅਰ ਹੈ ਕੁਲਵਿੰਦਰ। ਅੱਛਾ ਜੀ। ਪਰ ਅਸੀਂ ਰਹੇ ਭਰਾਵਾਂ ਵਾਂਗੂ ਹੀ ਉੱਥੇ, ਸੋ ਅੱਜ ਵੀ ਭਰਾਵਾਂ ਵਾਂਗੂ ਹੀ। ਰਾਜਵੀਰ ਜਵੰਦਾ ਕਾਫੀ ਲੇਟ ਆਇਆ, ਪਰ ਅਸੀਂ ਮਤਲਬ 1.5 ਸਾਲ ਅਸੀਂ ਇਕੱਠੇ ਰੂਮਮੇਟ ਰਹੇ ਹਾਂ, ਸੋ ਬਹੁਤ ਸੇਵਾ ਕੀਤੀ ਉਸ ਭਰਾ ਨੇ ਮੇਰੀ। ਭਾਜੀ ਇੱਕ ਨਾ ਮੇਰੀ ਸਲਾਹ ਹੈ ਤੁਹਾਨੂੰ, ਭਾਜੀ ਤੁਸੀਂ ਨਾ ਹਰ ਲਾਈਵ ਸ਼ੋਅ ਦੇ ਵਿੱਚ ਸਪੀਕਰਾਂ 'ਤੇ ਚੜ੍ਹ ਜਾਂਦੇ ਹੋ, ਟੇਬਲ 'ਤੇ ਚੜ੍ਹ ਜਾਂਦੇ ਹੋ, ਭਾਜੀ ਕਈ ਵਾਰ ਲੱਕੜ ਮਾੜੀ ਵੀ ਲੱਗੀ ਹੁੰਦੀ ਹੈ, ਮਾਰ ਚੱਲਣਾ ਵੀ ਹੋ ਸਕਦਾ, ਧਿਆਨ ਨਾਲ। ਪਹਿਲੀ ਗੱਲ ਤਾਂ ਮੈਂ ਉਹ ਜਿਹੜੀ ਵੀ ਚੀਜ਼ 'ਤੇ ਜਾਂਦਾ ਦੇਖ ਕੇ ਜਾਂਦਾ, ਬਾਕੀ ਮੈਨੂੰ ਆਪਣੇ ਆਪ 'ਤੇ ਪੂਰਾ ਯਕੀਨ ਹੈ, ਜਿੰਨਾ ਕੁ ਮੇਰਾ ਭਾਰ ਹੈ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਟੁੱਟੂ। ਭਾਜੀ ਮੈਂ ਤੁਹਾਡੇ ਸਾਹਮਣੇ ਨਹੀਂ ਕਹਿ ਰਿਹਾ, ਪਰ ਮੈਂ ਤੁਹਾਡੇ ਲਾਈਵ ਸ਼ੋਅ ਜ਼ਿਆਦਾ ਨਹੀਂ, ਪਰ ਯੂਟਿਊਬ ਵੀਡੀਓ ਮੈਂ ਜਿੰਨੀਆਂ ਦੇਖੀਆਂ, ਤੁਸੀਂ ਹਰ ਸਪੀਕਰ 'ਤੇ ਚੜੇ ਹੋਏ। ਕੀ ਗੱਲ, ਬੇਬੇ ਨੂੰ ਧਮਕ ਬੇਸ ਵੀ ਪਸੰਦ ਸੀ? ਉਹ ਨਹੀਂ, ਇੱਕ ਚਾਅ ਹੁੰਦਾ ਯਾਰ ਪੁੱਤਰ, ਵੀ
ਮੈਨੂੰ ਨਾ ਜਿਹੜੇ ਲਾਈਵ ਸ਼ੋਜ਼ ਆ ਇੱਕ ਤਾਂ ਕਰ ਅਸੀਂ ਗਾਉਣੇ ਬਹੁਤ ਆ ਲਾਈਵ ਸ਼ੋਜ਼ ਦੇ ਸਾਰਾ ਸਾਲ ਗਾਉਣੇ ਆ ਸੋਰੀ ਮੈਨੂੰ ਪਤਾ ਨਹੀਂ ਕਿਹੜਾ ਵਰਡ ਯੂਜ਼ ਕਰਨਾ ਚਾਹੀਦਾ ਪਰ ਤੁਸੀਂ ਸਟੇਜ ਦੇ ਭੁੱਖੇ ਤੁਸੀਂ ਟਾਈਮ ਨਹੀਂ ਦੇਖਦੇ ਭਾਜੀ ਮਾਈਕ ਲਵਰ ਹੋ ਤੁਸੀਂ ਮੈਂ ਦੇਖਿਆ ਵੀ ਕਈ ਬਹੁਤ ਸਾਰੇ ਕਲਾਕਾਰ ਘੜੀ ਦੇਖਦੇ ਆ ਪਰ ਤੁਸੀਂ ਮੇਰੇ ਖਿਆਲ ਨਾਲ ਆਪਣੇ ਗਾਣੇ ਪੂਰੇ ਕਰਕੇ ਜਾਂਦੇ ਹੋ ਗੱਲਾਂ ਵੱਖਰੀ ਮੈਂ ਮੈਨੂੰ ਪੰਜਾਬ ਨਾ ਪਰਿਵਾਰ ਲੱਗਦਾ ਜਿਵੇਂ ਮੇਰੇ ਘਰੇ ਮੇਰੇ ਨਾਲ ਤੇ ਜੰਮੇ ਜਾਏ ਆ ਜਾਂ ਜਿਹਨਾਂ ਨੇ ਸਾਨੂੰ ਜੰਮੇ ਹਾਂਜੀ ਮੈਨੂੰ ਉਹਨਾਂ ਵਰਗੇ ਲੱਗਦੇ ਸਾਰੇ ਕਿ ਜਦੋਂ ਬਹਿੰਦੇ ਫਿਰ ਡਰਾਮ ਆ ਜਾਂ ਕਾਹਦੇ ਵਾਸਤੇ ਆ ਜਿਹੜੇ ਜਿਹੜੇ ਤੁਹਾਨੂੰ ਸੁਣਨ ਵਾਸਤੇ ਬੈਠ ਹੀ ਗਏ ਠੀਕ ਆ ਕੋਈ ਇੱਕਾ ਦੁੱਕਾ ਹੁੰਦਾ ਜਿਹੜੇ ਚੈੱਕ ਕਰਨ ਆਉਂਦੇ ਬਾਕੀ ਸਾਰੇ ਤਾਂ ਆਪਦਾ ਦਿਲ ਇੱਥੇ ਖੋਲ ਕੇ ਰੱਖ ਲੈਂਦੇ ਵੀ ਤੁਹਾਨੂੰ ਅਸੀਂ ਪਿਆਰ ਕਰ ਜਦੋਂ ਪਿਆਰ ਦੇ ਵਿੱਚ ਕਲਾ ਆ ਗਈ ਤੇ ਸੰਗੀਤ ਪਿੱਛੇ ਹਨਾ ਸੋਹਣੇ ਸੋਹਣੇ ਮੁੰਡੇ ਮਿਊਜ਼ੀਸ਼ੀਅਨ ਜਿਹੜੇ ਵਜਾਉਂਦੇ ਨਾਲ ਤੁਸੀਂ ਸੋਚਿਆ ਸੀ ਕਿ ਮੈਂ ਏਡਾ ਵੱਡਾ ਬਣ ਜਾਊਂਗਾ ਜਾਂ ਸਤਿਗੁਰ ਹੱਥ ਵਡਿਆਈਆਂ ਜਿਸ ਭਾਵੇਂ ਤੇ ਸਦੇ ਉਹਦੇ ਉਹਨੇ ਤੁਹਾਨੂੰ ਵੱਡਾ ਕਰ ਦਿੱਤਾ ਕਿ ਤੁਸੀਂ ਮਿਹਨਤ ਨੂੰ ਵੀ ਕਰਦੇ ਹੋ ਮਿਹਨਤ ਵੀ ਸੀਗਾ ਕਿ ਜਾਂ ਉਹਦੀ ਜਿਹੜੀ ਇਹ ਵੀ ਦਾਤ ਤੇ ਉਹਦੀ ਦਾਤ ਕਿ ਉਹਦੀ ਉਹਦੀ ਰਹਿਮਤ ਵੱਡੀ ਤੁਹਾਡੇ ਤੇ ਤੂੰ ਬੜਾ ਬੜਾ ਸਹੀ ਬੰਦਾ ਨੂੰ ਜਾਣੀ ਮੈਂ ਪਹਿਲੀ ਵਾਰ ਦੇਖ ਰਿਹਾ ਜਿਹਦੇ ਸਵਾਲਾਂ 'ਚ ਜਵਾਬ ਪਏ ਆ ਸਾਰੀਆਂ ਗੱਲਾਂ ਆਪ ਬੋਲ ਵੀ ਰਹੇ ਅਤੇ ਮੈਨੂੰ ਚੰਗਾ ਵੀ ਲੱਗ ਰਿਹਾ ਬਈ ਇਹ ਦੇਖ ਵੱਡਾ ਛੋਟਾ ਕੁਛ ਨਹੀਂ ਹੁੰਦਾ ਹਮੇਸ਼ਾ ਮੈਂ ਤਾਂ ਆਪਦੀ ਤੁਲਨਾ ਜਿਵੇਂ ਕੋਈ ਜਾਂਦੇ ਹਾਂ ਨਾ ਰੋਜ਼ ਕਿਤੇ ਰਸਤੇ ਰਾਹੇ ਵਾਏ ਕੇ ਕੋਈ ਬੂਟ ਪਾਲਸ਼ਾ ਕਰਨ ਵਾਲਾ ਮਿਲਦਾ ਹੈ ਕੋਈ ਰਿਕਸ਼ਾ ਚਲਾਉਣ ਵਾਲਾ ਮਿਲਦਾ ਹੈ ਕੋਈ ਆਟੋ ਚਲਾਈ ਜਾਂਦਾ ਸੋ ਮੈਨੂੰ ਲੱਗਦਾ ਮੈਂ ਵੀ ਇਹਨਾਂ ਵਰਗਾ ਕਿਰਤੀ ਹੈ ਮਜ਼ਦੂਰ ਹੈ ਆਹ ਜਿਹੜੀ ਸਾਡੀ ਦੁਨੀਆ ਮਾਪਦੰਡ ਕਰਦੀ ਹੈ ਨਾ ਕਿ ਰਿਕਸ਼ੇ ਵਾਲਾ ਸਾਰਾ ਦਿਨ ਮਿਹਨਤ ਕਰਕੇ 500 ਕਮਾਉਂਦਾ ਅਤੇ ਮੈਂ 3-4 ਲੱਖ ਰੁਪਇਆ ਕਮਾਉਣਾ 2 ਘੰਟਿਆਂ ਉਹ ਮਾਪਦੰਡ ਪਰਮਾਤਮਾ ਨਹੀਂ ਦੇਖਦਾ ਪਰਮਾਤਮਾ ਤਾਂ ਸਾਰੇ ਦਿਨ ਦੀ ਯਾਤਰਾ ਦੇਖਦਾ ਕਿ ਰਿਕਸ਼ੇ ਹੋ ਸਕਦਾ ਰਿਕਸ਼ੇ ਵਾਲਾ ਮੇਰੇ ਤੋਂ ਚੰਗੇ ਕੰਮ ਕਰ ਜੇ ਸ਼ਾਮ ਤੱਕ ਅਤੇ ਉੱਥੇ ਉਹਦੀ ਦਰਗਾਹ 'ਚ ਜਾ ਕੇ ਉਹ ਤਖ਼ਤ 'ਤੇ ਬੈਠਾ ਅਤੇ ਮੈਂ ਫਿਰ ਇਸ ਵਾਰੀ ਜਿਵੇਂ ਮਹਾਰਾਜ ਕਹਿੰਦਾ ਨਾ ਤਪੋ ਰਾਜ ਰਾਜੋ ਨਰ ਤਪ ਤੋਂ ਬਾਅਦ ਰਾਜ ਤਾਂ ਮਿਲ ਜਾਂਦੇ ਪਰ ਇਸ ਰਾਜ ਨੂੰ ਇੰਨੇ ਕੁ ਨਿਮਾਣੇ ਹੋ ਕੇ ਕਰੋ ਇੰਨੇ ਨੀਵੇਂ ਹੋ ਕੇ ਕਰੋ ਸੱਚ ਸਮਝ ਕੇ ਕਰੋ ਜ਼ਿੰਦਗੀ ਨੂੰ ਕੁਛ ਨਹੀਂ ਹੁੰਦਾ ਚਾਰ ਚੂਰ ਗਾਣੇ ਗਾਉਣੇ ਚੱਲ ਜਾਣੇ ਕੋਈ ਬਾਹਲੀ ਵੱਡੀ ਗੱਲ ਨਹੀਂ ਹੁੰਦੀ ਵੈਸੇ ਕੁਦਰਤ ਦੇਖੋ ਉਹ ਜੋ ਸਾਨੂੰ ਦਿੰਦੀ ਹੈ ਨਾ ਸਾਡੇ ਕੋਲ ਲੈ ਲੈਂਦੀ ਹੈ ਭਾਵੇਂ ਮਾਂ ਹੋਵੇ ਭੈਣ ਹੋਵੇ ਭਰਾ ਹੋਵੇ ਪੌਦੇ ਹੋਣ ਰੁਤਬੇ ਹੋਣ ਜਵਾਨੀ ਹੋਵੇ ਕੁਦਰਤ ਤੋਂ ਵੱਡਾ ਕੋਈ ਨਹੀਂ ਜਦੋਂ ਅਸੀਂ ਚਾਹੁੰਦੇ ਹਾਂ ਨਾ ਮੈਂ ਸਟਾਰ ਬਣਾ ਫਿਰ ਨਹੀਂ ਆਪਾਂ ਬਣਦੇ ਜਦੋਂ ਉਹ ਬਣਾਉਂਦਾ ਯਾਰ ਮੈਂ ਦੇਖ ਤੂੰ ਮੈਂ ਯੂਨੀਵਰਸਿਟੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਪੜ੍ਹਿਆ ਮੈਂ ਉੱਥੇ ਮੇਰੀ ਪਰਮਾਨੈਂਟ ਜੋਬ ਸੀ ਠੀਕ ਪਰਮਾਨੈਂਟ ਜੋਬ ਛੱਡ ਕੇ ਮੈਂ ਇੱਕ ਸਾਧੂ ਦੀ ਕੁਟੀਆ 'ਚ ਗਿਆ ਉੱਥੇ ਝਾੜੂ ਬਰਦਾਰ ਬਣ ਗਿਆ ਪਿੱਛੇ ਚੱਲ ਕੇ ਆਈ ਉਹ ਚੀਜ਼ ਹੁੰਦਾ ਹੈ ਕਿ ਰਿਮੋਟ ਉਹਦੇ ਹੱਥ 'ਚ ਆ ਉਹ ਸੁਪਰੀਮ ਪਾਵਰ ਦੇ ਕਿ ਜਿਵੇਂ ਉਹਨੇ ਆਪਰੇਟ ਕਰਨਾ ਉਵੇਂ ਹੀ ਕਰਨਾ ਤਾਂ ਮੇਰੇ ਮਗਰ ਚੱਲ ਕੇ ਆਈਆਂ ਸਾਡੀਆਂ ਪਲੈਨਿੰਗਾਂ ਬੜੀਆਂ ਉਹਦੀਆਂ ਪਲੈਨਿੰਗ ਦਾ ਪਤਾ ਹੀ ਮੈਂ ਕਿਹਾ ਦੇਖ ਤੂੰ 1000 ਬੰਦੇ 'ਚੋਂ 999 ਹੋਣੇ ਜਿਹੜੇ ਤੜਕੇ ਉੱਠ ਕੇ ਲਿਖ ਲੈਂਦੇ ਆ 11 ਤੋਂ 12 ਆਹ ਕਰਨਾ 12 ਤੋਂ 1 ਆਹ ਕਰਨਾ 1 ਤੋਂ 2 ਆਹ ਕਰਨਾ ਜਿਹੜੀਆਂ ਹੋਈ ਜਾਂਦੀਆਂ ਇਹ ਤੇਰੇ ਪਲਾਨ ਚ ਨੇ ਸੋ ਜ਼ਿੰਦਗੀ ਜਿਉਣ ਦੇ ਤਰੀਕੇ ਹੈ ਰਾਜਿਆਂ ਵਾਂਗੂ ਜ਼ਿੰਦਗੀ ਜਿਉ ਵਧੀਆ ਚੱਲ ਬੜੀਆਂ ਸਿਆਣੀਆਂ ਗੱਲਾਂ ਇੱਕ ਮੇਰੇ ਸਵਾਲ ਆਇਆ ਜਿੱਦਾਂ ਨਾ ਤੁਸੀਂ ਗੈਟਅਪ ਤੁਹਾਡਾ ਫਕੀਰਾਂ ਵਾਲਾ ਹੁੰਦਾ ਵਾ ਬਾਣਾ ਤੁਸੀਂ ਓਦਾਂ ਮੇਰੇ ਚੇਤੇ ਆ ਜਦੋਂ ਮੈਂ ਪਵਿੱਤਰ ਨਵਾਂ ਨਵਾਂ ਗਾਉਣ ਲੱਗਾ ਸੀ 2013-14 ਦੀ ਗੱਲ ਹੋ ਸਕਦੀ ਹੈ ਇੱਧਰ ਖੋਖਰ ਪਿੰਡ ਸੀ ਰੋਪੜ ਦੇ ਲਾਗੇ ਤੇ ਕੋਈ ਛੋਟਾ ਮੁੰਡਾ ਵਧੀਆ ਤਾਂ ਪ੍ਰੋਗਰਾਮ ਤੇ ਜਦੋਂ ਜਾਂਦੇ ਆ ਨਾ ਤਾਂ ਪਹਿਲੋਂ ਮਿਊਜ਼ੀਸ਼ੀਅਨ ਸਾਰੇ ਬੈਂਡਸ ਉੱਥੇ ਬੈਲੈਂਸ ਕਰਦੇ ਤਾਂ ਮੈਂ ਕਿਤੇ ਕੋਈ ਘੰਟਾ ਘੜੀ ਪਹਿਲਾਂ ਕਿਸੇ ਪਾਸੇ ਤੇ ਖੜ ਜਾਣਾ ਕੋਈ ਛੋਟੇ ਮੁੰਡੇ ਨੇ ਕਾਰ ਦੇਖ ਲਈ ਵੀ ਇਹ ਉਹ ਆ ਗਾਉਣ ਵਾਲਾ ਆਇਆ ਮੇਰੇ ਕੋਲ ਤੇ ਮੈਨੂੰ ਕਹਿੰਦਾ ਤੂੰ ਸਾਡੇ ਘਰੇ ਚੱਲ ਵੜੇਗਾ ਮੇਰੇ ਕੋਲ ਚਾਹ ਪੀ ਲੇ ਹਾਂ ਬੱਚਾ ਸੀ ਹੁਣ ਤਾਂ ਮੈਂ ਬੱਚੇ ਦੇ ਮੋਹ 'ਚ ਚੱਲ ਪਿਆ ਮੈਂ ਯਾਰ ਚੱਲ ਚੱਲੀਏ ਤੇਰੇ ਘਰੇ ਤਾਂ ਮੈਂ ਉਹਦੇ ਘਰੇ ਜਾ ਵੜਿਆ ਘਰੇ ਉਹਦੀ ਮਾਤਾ ਤੇ ਉਹ ਤਾਂ ਹੁਣ ਮੇਰੇ ਕੋਲ ਉਵੇਂ ਵਿਚਾਰੀ ਭੈਣ ਲੱਗ ਗਈ ਕਹਿੰਦੀ ਸੀ ਵੀ ਐਂ ਕਰਕੇ ਵੀ ਸ਼ੁਰੂ ਹੋ ਗਈ ਕਹਿੰਦੀ ਜੀ ਮੇਰਾ ਤਾਂ ਘਰ ਵਾਲਾ ਸ਼ਰਾਬ ਬਹੁਤ ਪੀਂਦਾ ਕੋਈ ਕਿਰਪਾ ਕਰੋ ਤੁਸੀਂ ਤਾਂ ਮੈਂ ਉਹਨੂੰ ਦੱਸ ਕੇ ਮੈਂ ਭੈਣੇ ਮੈਂ PGI 'ਚੋਂ ਛੱਡੀ ਸੀ DMC 'ਚੋਂ ਸੋਰੀ ਤਾਂ DMC 'ਚੋਂ ਮੈਂ ਛੱਡੀ ਸੀ ਮੈਂ ਕਿਹਾ ਅਤੇ ਉੱਥੇ ਇਹਨੂੰ ਲੈ ਜਾ ਸੋ ਬਾਬੇ ਕੋਲ ਭੇਜ ਸਕਦਾ ਬੜੀਆਂ ਬੀਬੀਆਂ ਦੇਖੀਆਂ ਜਿਹੜੀਆਂ ਸਾਡੀ ਕਾਰ ਦੇ ਟਾਇਰ ਨਾਲੋਂ ਮਿੱਟੀ ਲਾ ਲਾ ਕੇ ਵਿੱਚ ਚੁੰਨੀ ਨਾ ਬੰਨਦੀ ਅਕਸਰ ਕੋਈ ਆਉਂਦੀ ਹੈ ਭੈਣ ਸਾਡੀ ਮੇਰੀ ਇੱਕ ਕਿਰਤ ਹੈ
तो बस मैं इन्नी संग शर्म हैगी कि मैं कोई गलत गीत नहीं गाँव सोसायटी जाके। बाकी मैंने भी पता ही है कि मैं एक यात्री है, मेरे च लखा कमी है भैड़ा ने, सो मैं उन्होंने दूर करने लगे हुआ बहुत क्लीयर है मैं इस मसले। दर्शन आने वाले पोस्ट पाई थी उसे ना कुछ कमेंट्स आए थे कहते जैला विचोला पुछता वा जो थोड़ा ब्याह होया विचोले ने किन्ने ग्राम की मुंदी पाई थी सालियों ने किन्ने फायदे दिए यह जहाँ ड्रामे असं किया ही मेरा ब्याह ही दो घंटे का ਅਸੀਂ ਪੰਜ ਸੱਤ ਬੰਦੇ ਕੁਛ ਵੀ ਨਹੀਂ ਗਿਆ। ਸੁਬਾਹ ਗਏ ਸੀ ਅਸੀਂ 3 ਵਜੇ ਅਤੇ 4 ਵਜੇ ਅਸੀਂ ਉੱਥੇ ਪਹੁੰਚ ਗਏ ਸੀ। 4 ਤੋਂ 5:30 ਤੱਕ ਆਨੰਦ ਕਾਰਜ ਹੋਈ ਉੱਥੇ ਚਾਹ ਛਕ ਲਈ ਗੁਰਦੁਆਰਾ ਸਾਹਿਬ 'ਚ ਅਤੇ 5-7 ਜਣੇ ਅਸੀਂ ਇੱਧਰੋਂ ਸੀ 5-7 ਹੀ ਉੱਧਰੋਂ ਸੀ 10 ਹੋਣਗੇ। ਸੋ ਬਸ ਚਾਹ ਛਕ ਕੇ ਅਤੇ ਬਸ ਘਰੇ 6 ਵਜੇ ਦਿਨ ਤੱਕ ਘਰੇ ਆ ਗਏ ਸੀ। ਇੱਕ ਭਾਜੀ ਸ਼ੀਲਾ ਹਾਊਸ ਵਾਈਫ ਆ ਤੁਹਾਨੂੰ ਬਹੁਤ ਫੋਲੋ ਕਰਦੀ ਉਹ ਕਹਿੰਦੀ ਤੁਸੀਂ ਆਪਣੀ ਵਾਈਫ ਨਾਲ 7 ਸਾਲਾਂ ਤੋਂ ਕਿਤੇ ਘੁੰਮਣ ਨਹੀਂ ਗਏ ਦਾਦੀਆਂ ਰੋਟੀ ਖਾਦੀ ਆਪ ਕਹਿੰਦਾ ਕਿ ਤੁਸੀਂ ਸਪੀਕਰ ਤੇ ਚੜ ਕੇ ਗਾਇਆ ਕਰੋ ਸਾਨੂੰ ਫੁਟੇਜ ਜ਼ਿਆਦਾ ਮਿਲਦੀ ਮੈਂ ਤਾਂ ਖੰਭਿਆਂ ਤੇ ਚੜ ਕੇ ਵੀ ਗਾਉਣਾ ਮੈਂ ਤਾਂ ਟੈਂਟ ਵਾਲੀ ਪਾਈਪ ਨਾਲ ਵੀ ਲਾਉਂ ਕੇ ਲਗੇ ਦੀ ਠੀਕ ਹੈ ਤੁਹਾਡੇ ਮਿਊਜ਼ੀਸ਼ੀਅਨ ਕਹਿੰਦੇ ਆ ਕਿ ਯਾਰ ਭਾਜੀ ਸ਼ੋਅ ਘੱਟ ਫੜਿਆ ਕਰੋ ਸਾਡੇ ਵੀ ਬਾਲ ਬੱਚੇ ਆ ਗਏ ਨਹੀਂ ਏਦਾਂ ਦੀ ਗੱਲ ਕੋਈ ਫਿਰ ਮੈਂ ਨਹੀਂ ਭਾਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਭਾਜੀ ਹੁਣ ਨਾ ਤੁਸੀਂ ਬੋਲ ਕੇ ਨਹੀਂ ਜਵਾਬ ਦੇਣਾ ਤੁਸੀਂ ਮੈਨੂੰ ਇਮੋਜੀ ਐਕਸਪ੍ਰੈਸ਼ਨ ਨਾਲ ਜਵਾਬ ਦੇਣਾ ਤੁਹਾਨੂੰ ਲਿਫਟ ਕਰਾ ਦੇ ਸ਼ੋਅ ਕਰਕੇ ਕਿਵੇਂ ਦਾ ਲੱਗਾ ਹਾਏ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਤੁਸੀਂ ਇੱਕ ਵਾਰੀ ਕਹਿ ਦਿਓ ਲਿਫਟ ਕਰਾ ਦੇ ਸ਼ੋਅ ਦਾ ਪੂਰਾ ਐਪੀਸੋਡ ਦੇਖਣ ਲਈ ਤੁਸੀਂ ਟਸ਼ਨ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਜਾ ਸਕਦੇ ਹੋ ਸੱਜਣੋ ਪਿਆਰੇ ਬਹੁਤ ਬਹੁਤ ਪਿਆਰ ਸਤਿਕਾਰ ਸਾਡੇ ਦੋਨੇ ਭਰਾਵਾਂ ਵੱਲੋਂ ਔਰ ਜਿਹੜਾ ਇਹ ਐਪੀਸੋਡ ਹੈ ਲਿਫਟ ਕਰਾ ਦੇ ਪਵਿੱਤਰ ਦੇ ਨਾਲ ਤੁਹਾਡੇ ਭਰਾ ਦਾ ਸੋ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਮੰਨਣਾ ਚਾਹੁੰਦੇ ਹੋ ਖੁਸ਼ ਹੋਣਾ ਚਾਹੁੰਦੇ ਹੋ ਤਾਂ ਟਸ਼ਨ ਦੇ ਜਿਹੜਾ ਅਫੀਸ਼ੀਅਲ ਯੂਟਿਊਬ ਚੈਨਲ ਹੈ ਉੱਥੇ ਵਿਜ਼ਿਟ ਕਰੋ ਉਹਨੂੰ ਜੁਆਇਨ ਵੀ ਕਰ ਲਿਓ ਅਤੇ ਇਸ ਪ੍ਰੋਗਰਾਮ ਨੂੰ ਮਾਣੋ ਅਤੇ ਆਪਣੇ ਓਪੀਨੀਅਨ ਭੇਜੋ ਕੋਈ ਜੋਗਾ ਸੱਪਾਂ ਵਾਲਾ ਕੋਈ ਜਿਹੜੇ ਇਹਨੇ ਆਪ ਨਾਂ ਰੱਖੇ ਹੋਏ ਆ ਮਿਲਦੋ ਫਲਾਨੇ ਵਾਲੀ ਐਂ ਉਹ ਸ਼ੇਰਾ ਫਲਾਨਾ ਉਹ ਫਲਾਨਾ ਘੋਪਲਾ ਉਹ ਸਾਰੇ ਮੈਨੂੰ ਪਤਾ ਯਾਰ ਭਾਜੀ ਕਿੰਨੇ ਚਲਾਕ ਆ ਮੈਨੂੰ ਐਵੇਂ ਐਕਟਿੰਗ ਨਹੀਂ ਕਰ ਰਹੇ ਮੈਨੂੰ ਕੁਛ ਪਤਾ ਨਹੀਂ ਸਭ ਪਤਾ ਇਹਨਾਂ ਨੂੰ ਭਾਜੀ ਹੁਣ ਆਪਾਂ ਮੈਂ ਵਜਾਉਂਗਾ ਕੁਛ ਵੀ ਆਪਾਂ ਗਾ ਕੇ ਰੁਖਸਤ ਹੋਣਾ ਇੱਥੋਂ ਓਕੇ आयत की तरह मुझको पूजा तो बहुत तूने कहने की इबादत थी कहने के यराने थे कभी ये भी जमाने हैं कभी वो भी जमाने थे मेरी ढोलकी है एक नंबर दी ਮੇਰਾ ਗਾਣਾ ਹੈ ਜੀ 2 ਨੰਬਰ ਦਾ ਤੇਰੀ ਵਾਹ ਕੀ ਬਾਤ ਹੈ ਮੇਰੇ ਹੱਥ ਸਿੱਧੇ ਆ ਇੱਕ ਤਾਂ ਪ੍ਰੋਗਰਾਮ ਬਹੁਤ ਵਧੀਆ ਜਦੋਂ ਵੀ ਤੇਰਾ ਇਧਰਲੇ ਪਾਸੋਂ ਕੋਈ ਹੱਥ ਤੰਗ ਹੋਇਆ ਤੂੰ ਮੇਰੇ ਨਹੀਂ ਆ ਜੀ ਸਾਡੇ ਦਰਵਾਜ਼ੇ ਖੁੱਲੇ ਦੇਖ ਲਓ ਹੋਰ ਜੋਬ ਮਿਲ ਗਈ ਇੱਕ ਥੈਂਕ ਯੂ ਭਾਈ ਥੈਂਕ ਯੂ ਸੋ ਮੱਚ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਨਾਮੀ ਗ੍ਰਾਮੀ ਕਰੇ ਦਿਲੋਂ ਦੁਆਵਾਂ ਬਹੁਤ ਸਾਰਾ ਪਿਆਰ ਮੁਹੱਬਤ ਪੁੱਤਰ ਜ਼ਿਆਦਾ ਰਹਿ ਬਾਈ ਚੜ੍ਹਦੀ ਕਲਾ 9x ਟੈਸ਼ਨ ਟੈਸ਼ਨ ਯਾਰਾਂ ਦਾ ਟੈਸ਼ਨ ਯਾਰਾਂ ਦਾ